ਇਹ ਕਰ ਗੱਲ ਕੀਤੀ ਜਾਈਵੇ ਉਗਰਾਹਾ ਨੇ ਜਿਹੜਾ ਜਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਬੜਾ ਅਮਰਪਾਲ ਦੇ ਖਲਾਸ ਬੋਲਿਆ ਉਹਦੇ ਕੱਲ ਦਾ ਛੋਕਰਾ ਹੈ ਅੱਜ ਇੱਥੇ ਉਹ ਬਾਬਾ ਬਣ ਕੇ ਕੱਲ ਨੂੰ ਵੱਡਾ ਬਾਬਾ ਬਣੂਗਾ ਇਹ ਇਹਦਾ ਮਤਲਬ ਇਹ ਨਹੀਂਗਾ ਵੀ ਇੰਨਾ ਵਾਂਗੂ ਬੀੜੀ ਫੂਕ ਠੀਕ ਆ ਜਾਂ ਕੁੜੀ ਜਾਂ ਚਿੜੀ ਮਾਰ ਬਣੂਗਾ ਉਹ ਬਾਬਾ ਹੀ ਦਿਖੂਗਾ ਛੋਕਰਾ じゃ ਹੁਣ ਨਾ ਮਾਪੇ ਪਤਾ ਨਹੀਂ ਉਹਦਾ ਨਾਮ ਕੀ ਹੈ ਉਹ ਨਵੇਂ ਕੱਢ ਲਿਆ ਬਾਈ ਦੇ ਵਿੱਚ ਡਰਾਈਵਿੰਗ ਕਰਦਾ ਕਰਦਾ ਇਧਰ ਬਾਬਾ ਬਣ ਗਿਆ ਤੇ ਕੱਲ ਨੂੰ ਵੱਡਾ ਬਾਬਾ ਬਣ ਜਾਣਾ ਫਿਰ ਇਹਨਾਂ ਦੇ ਮਗਰ ਕੌਣ ਨੇ ਜਿਹੜਾ ਇਹ ਇਸ ਤਰ੍ਹਾਂ ਬੋ ਰਹੇ ਨੇ ਕੀ ਸਬੂਤ ਹੈ ਇਹਨਾਂ ਕੋਲੇ ਦੇਖੋ ਬਾਈ ਇਹ ਸਟੇਟ ਦੇ ਸੰਦ ਹੈ ਉਰਾਹਾਰ ਗਏ ਅੱਜ ਤੱਕ ਪੰਜਾਬ ਦੇ ਵਿੱਚ ਕੀ ਕੁਝ ਹੋ ਗਿਆ ਠੀਕ ਹੈ ਕਿੰਨੀਆਂ ਵਾਰਦਾਤਾ ਹੋ ਗਿਆ ਕੀ ਕੁਝ ਹੁੰਦਾ ਇੱਥੇ ਦਿਨ ਦਿਹਾੜੇ ਕਤਲ ਹੋ ਜਾਂਦੇ ਆ ਦਿਨ ਦਿਹਾੜੇ ਬਾਈ ਦਾ ਕਤਲ ਹੋ ਗਿਆ ਦੀਪ ਦਾ ਠੀਕ ਹੈ ਸਿੱਧੂ ਮੂਸੇ ਵਾਲਾ ਮਾਰਿਆ ਜਾਂਦਾ ਠੀਕ ਹੈ ਬੇਅਦਮੀਆਂ ਹੋ ਜਾਂਦੀਆਂ ਅੱਜ ਤੱਕ ਗੁਰਹਾਰ ਗਏ ਕਿਤੇ ਬੁੱਲੇ ਆ ਜਿਹੜੇ ਸਰਕਾਰਾਂ ਨੂੰ ਆ ਇਹ ਆਉਂਦੇ ਆ ਖੁੱਡਾਂ ਚੋਂ ਪਿਆਦੇ ਬਾਹਰ ਕੱਢਣੇ ਪੈਗੇ ਆ ਹੂੰ ਠੀਕ ਹੈ ਇਸ ਕਰਕੇ ਜਿਹੜੀ ਇਹ ਜ਼ਹਿਰ ਉਗਲੀ ਆ ਇਹ ਇੱਕ ਸਟੇਟ ਦੇ ਕਹਿਣ ਦੇ ਉੱਤੇ ਜਗਿੰਦਰ ਸਿੰਘ ਗੁਰਹਾਣੇ ਜ਼ਹਿਰ ਉਗਲੀ ਆ ਨਾ ਕਿ ਉਹਨੇ ਆਪਦੇ ਆ ਪੂਗਲੀ ਦੀਪ ਸਿੱਧੂ ਬਾਰੇ ਵੀ ਉਹ ਬੋਲੇ ਆ ਉਹਦੇ ਜਿਹੜੇ ਐਕਸੀਡੈਂਟਾਂ ਚ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਹੈ ਉਹਨਾਂ ਨੂੰ ਸ਼ਹੀਦ ਐਲਾਨਿਆ ਜਾ ਰਹੇ ਬਾਈ ਦੇਖੋ ਸਿੱਖ ਕੌਮ ਦਾ ਸ਼ਹੀਦ ਹੈ ਤੇ ਉਹ ਸਿੱਖ ਕੌਮ ਨੇ ਫੈਸਲਾ ਕਰਨਾ ਜਿਹੜੇ ਸਿੱਖਾਂ ਦੇ ਸ਼ਹੀਦ ਆ ਠੀਕ ਹੈ ਉਹਨਾਂ ਨੂੰ ਸੱਖੀ ਦਰਜੇ ਦੇਣਗੇ ਨਾ ਕਿ ਬੀੜੀ ਫੂਕਾ ਕਾਮਰੇਟ ਸਾਡੇ ਚ ਦਖਲੰਦਾਜ਼ੀ ਕਰਨਗੇ ਭਗਤ ਸਿੰਘ ਨੇ ਉਹਨਾਂ ਨੂੰ ਸ਼ਹੀਦ ਨਹੀਂ ਕਰਾਰ ਦਿੱਤਾ ਜਾ ਰਿਹਾਗਾ ਸ਼ਹੀਦ ਨਹੀਂ ਕਿਹਾ ਜਾਂਦਾ ਜਿਵੇਂ ਅਸੀਂ ਮਰਜੀ ਤਮਾਨ ਦੀ ਗੱਲ ਕਰ ਲਈਏ ਜਾਂ ਤੁਹਾਡੀ ਜਥੇਬੰਦੀ ਆ ਦੁਆਰਸ ਪੰਜਾਬ ਦੀ ਉਹਨਾਂ ਦੀ ਗੱਲ ਕਰ ਲਈ ਬਈ ਮਸਲਾ ਇਹ ਗੱਲ ਦਾ ਬਈ ਆਪਾਂ ਭਗਤ ਸਿੰਘ ਦੀ ਬਾਲੀ ਮਿੱਟੀ ਨਾਲ ਪਟਾਗੇ ਪਈ 45000 ਨੌਜਵਾਨ ਸਾਡਾ ਇਹਨਾਂ ਨੇ ਖਪਾਤਾ ਉਹਦਾ ਕੋਈ ਇਨਸਾਫ ਨਹੀਂ ਦਾ ਠੀਕ ਆ ਉਸ ਤੋਂ ਪਿੱਛੋਂ ਗੁਰੂਗਰਾ ਸਾਹਿਬ ਦੀਆਂ ਬੀਅਦਾਂ ਬਿੰਨਾ ਠੀਕ ਆ ਸਿੱਖ ਆਪਣਾ ਖਾੜ ਪੂਸ਼ ਘਰ ਚੱਲਿਆ ਪਿਉਆਂ ਦੇ ਥੱਲੇ ਉਹਨਾਂ ਦੀਆਂ 3 ਨੰਗੀਆਂ ਕਰ ਕਰਕੇ ਲਟਾਈਆਂ ਗਈਆਂ ਬਲਾਤਕਾਰ ਕੀਤੇ ਗਏ ਰੇ ਬਥੇਰਾ ਕੁਛ ਹੋਇਆ ਜੋ ਕੁਛ ਹੋਇਆ ਅੱਜ ਤੱਕ ਸਾਨੂੰ ਇਨਸਾਬ ਮਿਲਿਆ ਸਸਿਕਾ ਜੀ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰੰਜੀਤ ਗਿੱਲ ਜਦੋਂ ਤੋਂ ਅਮਰਤਪਾਲ ਸਿੰਘ ਨੇ ਅਮਰਤਪਾਨ ਕੀਤਾ ਤੇ ਉਸ ਤੋਂ ਬਾਅਦ ਦਸਤਾਰ ਬੰਦੀ ਦਾ ਸਮਾਗਮ ਹੋਇਆ ਉਸ ਤੋਂ ਲੈ ਕੇ ਕਈ ਤਰ੍ਹਾਂ ਦੇ ਉਹਨਾਂ ਤੇ ਸਵਾਲ ਚੁੱਕੇ ਜਾ ਰਹੇ ਨੇ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ અમરપાલ ਸਿੰਘ ਦੇ સાથી ਨੇ ઓ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਵਿਰੋਧ ਇੰਨੇ ਵੱਡੇ ਪੱਧਰ ਤੇ ਕਿਵੇਂ ਲੱਗਦਾ ਕਿਵੇਂ ਦੇਖਦੇ ਹੋ ਵਿਰੋਧ ਨੂੰ ਤੁਸੀਂ અમਰਪਾਲ ਦਾ ਹੋ ਰਿਹਾ ਹੈ ਬਾਈ ਵਿਰੋਧ ਹੋਣਾ ਸੁਭਾਵਿਕ ਆ ਹੂੰ ਕਿਉਂਕਿ ਕੌਮ ਨੇ ਵੀ ਦੇਖ ਲਿਆ ਵੀ ਜੀ ਜਿਹੜੇ ਬੰਦੇ ਦੀ ਅਸੀਂ ਉਡੀਕ ਦੇ ਵਿੱਚ ਅਸੀਂ ਤੇ ਉਹਨੇ ਦਸਤਕਾਬਦੀ ਦਿੱਤੀ ਆ ਤੇ ਕਮ ਹੋ ਸਕਦਾ ਕੁਝ ਘੰਟੇ ਲੇਟ ਹੋਗੀ ਹੋਵੇ ਕੁਝ ਦਿਨ ਮਹੀਨੇ ਲੇਟ ਹੋਗੀ ਹੋਵੇ ਪਰ ਏਜੰਸੀਆਂ ਨੇ ਸਰਕਾਰਾਂ ਨੇ ਬਹੁਤ ਚਿਰ ਪਹਿਲਾਂ ਇਹ ਅੰਦਾਜ਼ਾ ਲਾ ਲਿਆ ਸੀ ਸੋ ਉਹਨਾਂ ਦੇ ਪਾਲੇ ਵਿੱਚ ਜਿਹੜੇ ਕਰਿੰਦੇ ਆ ਉਹਨਾਂ ਦੇ ਪਿਆਦੇ ਆ ਉਹ ਖੁੱਡਾਂ ਚੋਂ ਨਿਕਲਨੇ ਬਾਹਰ ਹੋ ਗਿਆ ਕਿਉਂਕਿ ਗਰਮ ਪਾਣੀ ਉਹਨੇ ਖੁੱਡਾਂ ਚ ਪਾਤਾ ਹਨ ਸਾਰ ਅਮਰਤਪਾਲ ਸਿੰਘ ਨੇ ਤੇ ਉਹ ਬਾਹਰ ਆ ਰਹੇ ਆ ਤਰਫ 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 ਕੀ ਤੇ ਰੌਲਾ ਤਾਂ ਪੈਣਾ ਸੁਭਾਵਿਕ ਆ ਇਹ ਚੇਥੇ ਬੰਦਿਆਂ ਦੇ ਜਿਹੜੇ ਆਗੂ ਵੀ ਐ ਉਹ ਵੀ ਗਰਮ ਗਰਮ ਬਿਆਨ ਦੇ ਰਹੇ ਆ ਤੱਤੇ ਤੱਤੇ ਬਿਆਨ ਦੇ ਰਹੇ ਆ ਜੇਕਰ ਗੱਲ ਕੀਤੀ ਜਾਵੇ ਅਗਰਾਹਾ ਨੇ ਜਿਹੜੇ ਜਗਿੰਦਰ ਸਿੰਘ ਅਗਰਾਹਾ ਉਹਨਾਂ ਨੇ ਬੜਾ ਅਮਰਤਪਾਲ ਦੇਖਲਾ ਬੋਲਿਆ ਉਹਦੇ ਕੱਲ ਦਾ ਛੋਕਰਾ ਹੈ ਅੱਜ ਇੱਥੇ ਉਹ ਬਾਬਾ ਬਣ ਕੇ ਕੱਲ ਨੂੰ ਵੱਡਾ ਬਾਬਾ ਬਣੂਗਾ ਬਾਈ ਗੱਲ ਐ ਉਹ ਆ ਵੀ ਸਿੱਖ ਧਰਮ ਨੂੰ ਬਲੋਂਗ ਕਰਦਾ ਠੀਕ ਹੈ ਤੇ ਦਸ਼ਮੇਸ਼ ਪਾਤਸ਼ਾਹੀ ਖੰਡੇ ਦੀ ਪੌਲ ਉਹਨੇ ਪ੍ਰਾਪਤ ਕੀਤੀ ਹੈ ਠੀਕ ਹੈ ਤੇ ਸੰਤਾਂ ਦੇ ਦਰਸਾਏ ਮਾਰਗ ਤੇ ਸੰਤ ਜਰਨੈਲ ਸਿੰਘ ਖਾਸਾ ਪਿੰਡਰਾਣੇ ਦੇ ਦਰਸਾਏ ਮਾਰਗ ਤੇ ਉਹ ਚੱਲ ਰਿਹਾ ਤੇ ਇਹਨਾਂ ਨੂੰ ਉਹਦਾ ਪਹਿਰਾਵਾ ਜੀ ਬਾਬਾ ਕਹਿੰਦੇ ਉਹ ਬਾਬਾ ਬਣ ਗਿਆ ਤੇ ਸਿੱਖ ਧਰਮ ਦੇ ਵਿੱਚ ਜਿਹੜਾ ਪੈਦਾ ਹੋਇਆ ਵਾ ਸਿੱਖਕ ਧਰਮ ਪ੍ਰਤੀ ਪਿਆਰ ਰੱਖਦਾ ਉਹਦਾ ਪ੍ਰਚਾਰ ਕਰ ਰਿਆ ਲੋਕਾਂ ਨੂੰ ਅੰਮ੍ਰਿਤ ਪਾਣ ਕਰਵਾ ਰਿਆ ਤੇ ਉਹ ਬਾਬਾ ਹੀ ਬਣੂਗਾ ਜੇ ਬਾਬਾ ਸ਼ਬਦ ਬਹਾਲਾ ਕਿ ਉਹ ਬਣਿਆ ਨਹੀਂਗਾ ਉਹ ਆ ਕੇ ਆਪਣ ਨੂੰ ਬਾਬਾ ਅਖਵਾਉਂਦਾ ਨਹੀਂਗਾ ਫਿਰ ਉਹ ਬਾਬਾ ਨਹੀਂ ਹੋਊਗਾ ਇਹ ਇਹਦਾ ਮਤਲਬ ਇਹ ਨਹੀਂਗਾ ਵੀ ਇੰਨਾ ਵਾਂਗੂ ਬੀੜੀ ਫੂਕ ਠੀਕ ਆ ਜਾਂ ਕੁੜੀ ਜਾਂ ਚਿੜੀ ਮਾਰ ਬਣੂਗਾ ਉਹ ਬਾਬਾ ਹੀ ਦਿਖੂਗਾ ਕੌਣ ਨੇ ਫਿਰ ਇਹਨਾਂ ਦੇ ਮਗਰ ਕੌਣ ਨੇ ਜਿਹੜਾ ਇਹ ਇਸ ਤਰ੍ਹਾਂ ਬੋ ਰਿਹਾ ਨੇ ਕੀ ਸਬੂਤ ਹੈ ਇਹਨਾਂ ਕੋਲੇ ਦੇਖੋ ਭਾਈ ਇਹ ਸਟੇਟ ਦੇ ਸੰਧ ਹੈ ਉ ਗਰਹਾਂ ਰਗੇ ਅੱਜ ਤੱਕ ਪੰਜਾਬ ਦੇ ਵਿੱਚ ਕੀ ਕੁਝ ਹੋ ਗਿਆ ਠੀਕ ਹੈ ਕਿੰਨੀਆਂ ਵਾਰ ਦਾ ਤਾਂ ਹੋ ਗਿਆ ਕੀ ਕੁਝ ਹੁੰਦਾ ਇੱਥੇ ਦਿਨ ਦਿਹਾੜੇ ਕਤਲ ਹੋ ਜਾਂਦੇ ਆ ਦਿਨ ਦਿਹਾੜੇ ਬਾਈ ਦਾ ਕਤਲ ਹੋ ਗਿਆ ਦੀਪ ਦਾ ਠੀਕ ਹੈ ਸਿੱਧੂ ਮੂਸੇ ਵਾਲਾ ਮਾਰਿਆ ਜਾਂਦਾ ਠੀਕ ਹੈ ਬੇਅਦਮੀਆਂ ਹੋ ਜਾਂਦੀਆਂ ਅੱਜ ਤੱਕ ਗੁਰਹਾਂ ਰਗੇ ਕਿਤੇ ਬੋਲੇ ਨਹੀਂ ਬੋਲੇ ਕਿਉਂਕਿ ਉਹਨਾਂ ਨੇ ਉਹਨਾਂ ਮੁੱਦੇ ਉੱਤੇ ਬੋਲਣਾ ਮناسب ਨਹੀਂ ਸਮਝਿਆ ਕਿਉਂਕਿ ਉਹ ਮੁੱਦੇ ਸਰਕਾਰਾਂ ਨੇ ਆਪਦੇ ਬਰੇ ਹੋਏ ਨੈਰੇਟਿਵ ਦੇ ਤਹਿਤ ਉਹ ਤੈਸਨੈਸ ਕਰਤੇ ਤੇ ਲੋਕਾਂ ਦੀ ਉਥੋਂ ਤੱਕ ਸੂਚ ਜਾਣੀ ਨਹੀਂ ਦਿੱਤੀ ਜਿਹੜੇ ਤਰੀਕੇ ਨਾਲ ਉਹਨਾਂ ਦਾ ਕੰਮ ਕੀਤਾ ਪਰ ਹੁਣ ਉਰਾਹਾਂ ਆ ਗਏ ਜਿਹੜੇ ਸਰਕਾਰਾਂ ਨੂੰ ਆ ਇਹ ਆਪਦੇ ਖੁੱਡਾਂ ਚੋਂ ਪਿਆਦੇ ਬਾਹਰ ਕੱਢਣੇ ਪੈ ਗਏ ਆ ਠੀਕ ਹੈ ਇਸ ਕਰਕੇ ਜਿਹੜੀ ਇਹ ਜ਼ਹਿਰ ਉਗਲੀ ਆ ਇਹ ਇੱਕ ਸਟੇਟ ਦੇ ਕਹਿਣ ਦੇ ਉੱਤੇ ਜਗਿੰਦਰ ਸਿੰਘ ਉਹਰਾਹ ਨੇ ਜ਼ਹਿਰ ਉਗਲੀ ਆ ਨਾ ਕਿ ਉਹਨੇ ਆਪਦੇ ਆਪ ਉਗਲੀ ਆ ਦੀਪ ਸਿੱਧੂ ਬਰੇ ਵੀ ਉਹ ਬੋਲੇ ਆ ਉਹਦੇ ਜਿਹੜੇ ਐਕਸੀਡੈਂਟਾਂ ਚ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਐ ਉਹਨਾਂ ਨੂੰ ਸ਼ਹੀਦ ਐਲਾਨਿਆ ਜਾ ਰਿਹਾ ਬਾਈ ਦੇਖੋ ਸਿੱਖ ਕੌਮ ਦਾ ਸ਼ਹੀਦ ਐ ਤੇ ਉਹ ਸਿੱਖ ਕੌਮ ਨੇ ਫੈਸਲਾ ਕਰਨਾ ਹੂੰ ਜੇ ਉਸ ਦਿਨ ਸਟੇਜ ਤੋਂ ਫੈਸਲਾ ਹੋਇਆ ਸੀ 3ਕੇ ਪਿੰਡ ਦੇ ਵਿੱਚ ਦੂਜਾ ਫਤਿਹਗਰ ਸਾਹਿਬ ਕੌਮੀ ਯੋਧੇ ਦਾ ਤੇ ਉਹ ਵੀ ਸਿੱਖਾਂ ਦਾ ਪੁੱਤ ਸੀਗਾ ਤੇ ਸਿੱਖਾਂ ਨੇ ਫੈਸਲਾ ਕੀਤਾ ਤੇ ਜੇ ਹੁਣ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਤੇ ਸੰਗਤ ਦੇ ਵਿੱਚ ਜਕਾਰਿਆਂ ਦੀ ਗੂੰਜ ਦੇ ਵਿੱਚ ਬਾਈ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਿਹੜੇ ਸਿੱਖਾਂ ਦੇ ਸ਼ਹੀਦ ਆ ਠੀਕ ਹੈ ਉਹਨਾਂ ਨੂੰ ਸੈਖੀ ਦਰਜੇ ਦੇਣਗੇ ਨਾ ਕਿ ਬੀੜੀ ਫੂਕਾ ਕਾਮਰੇਟ ਸਾਡੇ ਚ ਦਖਲੰਦਾਜ਼ੀ ਕਰਨਗੇ ਇੱਕ ਪਾਸੇ ਜਿਵੇਂ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਭਗਵ ਜਿਹੜੇ ਭਗਤ ਸਿੰਘ ਨੇ ਉਹਨਾਂ ਨੂੰ ਸ਼ਹੀਦ ਨਹੀਂ ਕਰਾਰ ਦਿੱਤਾ ਜਾ ਰਿਹਾਗਾ ਸ਼ਹੀਦ ਨਹੀਂ ਕਿਹਾ ਜਾਂਦਾ ਜਿਵੇਂ ਅਸੀਂ ਮਰਜੀ ਤਮਾਨ ਦੀ ਗੱਲ ਕਰ ਲਈਏ ਜਾਂ ਤੁਹਾਡੀ ਜਥੇਬੰਦੀ ਆ ਵਾਰਿਸ ਪੰਜਾਬ ਦੀ ਉਹਨਾਂ ਦੀ ਗੱਲ ਕਰ ਲਈਏ ਬਾਈ ਮਸਲਾ ਇਹ ਗੱਲ ਦਾ ਬਈ ਆਪਾਂ ਭਗਤ ਸਿੰਘ ਦੀ ਬਾਲੀ ਮਿੱਟੀ ਨਾਲ ਪਟਾਕੇ ਕਿਉਂ ਕਿ ਜਿਹੜੇ ਉਹ ਤੇ ਹੈਗੇ ਨਾ ਭਗਤ ਇਹਨਾਂ ਨੇ ਉਹਦੀ ਪਹਿਲਾਂ ਕਾਫੀ ਧੂ ਧੂ ਕਰਵਾਤੀ ਹੈ ਤੇ ਬਾਕੀ ਪਹਿਲਾਂ ਇਹ ਗੱਲ ਪੈਂਦੀ ਸੀ ਮਾਨ ਸਾਹਿਬ ਦੇ ਵੀ ਤੇ ਸਾਡਾ ਕਹਿੰਦਾ ਵੀ ਗੱਲ ਪੈਂਦੀ ਸੀ ਵੀ ਉਹ ਸਾਡਾ ਅਸ਼ੀਦਿਆ ਜਮਾ ਸਾਡਾ ਇਹ ਆ ਉਹ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਸਰਟੀਫਿਕੇਟ ਹਾਈ ਕੋਰਟ ਨੇ ਜਾਰੀ ਕਰਤਾ ਵਾ ਤੇ ਸੋ ਮੇਰੇ ਹਿਸਾਬ ਨਾਲ ਬੜਾ ਕਹਿਣ ਦੀ ਲੋੜ ਨਹੀਂ ਜਿਹੜੀ ਉਹਦੀ ਥੋੜੀ ਬਹੁਤੀ ਮਿੱਟੀ ਰਹੀ ਦੀ ਹੈ ਇਹਨਾਂ ਨੇ ਹੁਣ ਪਟਾਕੇ ਸਾਹ ਲੈਣਾ ਭਈ ਅਮਰਤਪਾਲ ਨੂੰ ਲੈ ਕੇ ਵੀ ਸਵਾਲ ਚੱਕੇ ਜਾ ਰਹੇ ਆ ਵੀ ਕੋਈ ਕਹਿੰਦਾ ਵੀ ਉਹਨਾਂ ਦੇ ਪਰਿਵਾਰ ਬੰਨਿਓ ਜਿਹੜਾ ਉਹਨਾਂ ਨੂੰ ਪ੍ਰਧਾਨ ਜਿਹੜਾ ਬਣਾਇਆ ਗਿਆ ਜਥੇ ਬੰਦੇ ਜਾਂ ਉਹੋ ਮਡਲੀ ਮੈਂਬਰਸ਼ਿਪ ਦੇ ਵਿੱਚ ਨਹੀਂ ਤੁਸੀਂ ਨਾ ਰਹੇ ਹੋ ਕੀ ਐ ਸਾਰਾ ਮੈਟਰ ਕੀ ਐ ਭਈ ਮ ਦੇਖੋ ਨਾ ਤਾਂ ਇਹ ਚੀਜ਼ ਦੇ ਵਿੱਚ ਪਰਿਵਾਰ ਮੈਟਰ ਕਰਦਾ ਤੇ ਨਾ ਸਾਡਰਗੇ ਮੈਟਰ ਕਰਦੇ ਆ ਠੀਕ ਆ ਉਹਦੇ ਵਿੱਚ ਮੈਟਰ ਇਹ ਕਰਦਾ ਵੀ ਜਿਹੜੇ ਹੀ ਰਾਹ ਚੁਣ ਕੇ ਗਿਆ ਦੀਪ ਉਹ ਰਾਹ ਦੇ ਉੱਤੇ ਅਸੀਂ ਚੱਲ ਸਕਦੇ ਆ ਸਾਡਾ ਹੱਕ ਬੰਦਾ ਚੱਲਣ ਦਾ ਉਹ ਸਾਡੀ ਖਾਤਰ ਆਪਦੀ ਜਾਨ ਗਵਾ ਕੇ ਗਿਆ ਵਾ ਸਾਡੀ ਕੌਮ ਖਾਤਰ ਮਰਿਆ ਮਿਟਿਆ ਪਰ ਮਸਲਾ ਇਹ ਗੱਲ ਦਾ ਵੀ ਉਹਦੇ ਜਿਹੜੀਆਂ ਪੈੜਾਂ ਕਰਕੇ ਗਿਆ ਨਾ ਉਹਦੀਆਂ ਪੈੜਾਂ 'ਚ ਪੈੜਾਂ ਰੱਖਣ ਦੇ ਯੋਗ ਕਿਹੜਾ ਬੰਦਾ ਹੂੰ ਤੇ ਸਾਡੀ ਜਥੇਬੰਦੀ ਦੇ ਵਿੱਚੋਂ ਸਾਨੂੰ ਲੱਗਾ ਵੀ ਅਮਰਤਪਾਲ ਸਿੰਘੀ ਉਹਦੀਆਂ ਪੈੜਾਂ ਦੇ ਵਿੱਚ ਪੈੜਾਂ ਰੱਖ ਕੇ ਅੱਗੇ ਚੱਲ ਸਕਦਾ ਤੇ ਅਸੀਂ ਉਹਦੇ ਪਿੱਛੇ ਉਹਨੂੰ ਫੋਲੋ ਕਰ ਸਕਦੇ ਹਾਂ ਸੋ ਇਹ ਜਥੇਬੰਦੀ ਦਾ ਫੈਸਲਾ ਸੀਗਾ ਅਸੀਂ ਰਲ ਮਿਲ ਕੇ ਸਾਰੇ ਭਰਾਵਾਂ ਨੇ ਅਮਰਤਪਾਲ ਸਿੰਘ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਸਾਰੇ ਨੇ ਰਲ ਕੇ ਕਿ ਗ੍ਰੇਜਾ ਤੋਂ 1927 ਤੋਂ ਬਾਅਦ ਭਾਰਤ ਆਜ਼ਾਦ ਹੋ ਗਿਆ ਆਜ਼ਾਦੀ ਮਿਲ ਗਈ ਪੰਜਾਬ ਵੀ ਇੱਕ ਵੱਖਰੀ ਸਟੇਟ ਦੀ ਮੰਗ ਕੀਤੀ ਜਾ ਰਹੀ ਹੈ ਫਿਰ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਗੁਲਾਮ ਕਿਉਂ ਮਹਿਸੂਸ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਵੇਂ ਸਿੱਖਾਂ ਵੱਲੋਂ ਕਿਹਾ ਜਾ ਰਿਹਾ ਹੈ ਜਥੇਬੰਦੀ ਵੱਲੋਂ ਕਿਹਾ ਜਾ ਰਿਹਾ ਹੈ ਵੀ ਗੁਲਾ ਬਾਈ ਦੇਖੋ ਇਹਨਾਂ ਨੇ ਰੰਗ ਤਾਂ ਸਾਨੂੰ ਉੱਦੀ ਦਿਖਾਉਣੇ ਸ਼ੁਰੂ ਕਰਤੇ ਸੀ ਜਿੱਦੇ ਮੁਲਖਾ ਯਾਦ ਹੋਇਆ ਸੀਗਾ ਠੀਕ ਹੈ ਗੁਰਧਾਮ ਸਾਡੇ ਇਹਨਾਂ ਨੇ ਟੈਟੇਰੀ ਕਰਤੇ 35-40000 ਰੁਪਏ 35-40000 ਨੌਜਵਾਨ ਸਾਡਾ ਇਹਨਾਂ ਨੇ ਖਪਾਤਾ ਉਹਦਾ ਕੋਈ ਇਨਸਾਫ ਨਹੀਂਗਾ ਠੀਕ ਆ ਉਸ ਤੋਂ ਪਿੱਛੋਂ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਠੀਕ ਆ ਸਿੱਖ ਆਪਣਾ ਖੜਕੂਸ਼ ਘਰ ਚੱਲਿਆ ਪਿਉਆਂ ਦੇ ਥੱਲੇ ਉਹਨਾਂ ਦੀਆਂ 3 ਨੰਗੀਆਂ ਕਰ ਕਰਕੇ ਲਟਾਈਆਂ ਗਈਆਂ ਬਲਾਤਕਾਰ ਕੀਤੇ ਗਏ ਰੇ ਬਥੇਰਾ ਕੁਝ ਹੋਇਆ ਜੋ ਕੁਝ ਵੀ ਆ ਅੱਜ ਤੱਕ ਸਾਨੂੰ ਇਨਸਾਫ ਮਿਲਿਆ ਤੇ ਇਹ ਚੀਜ਼ ਗੁਲਾਮੀ ਦੀ ਪ੍ਰਤੀਕਾ ਮੇਰੇ ਹਿਸਾਬ ਨਾਲ ਜਿਵੇਂ ਉਹ ਬਾਈ ਅਮਰਤ ਨੇ ਉਸ ਦਿਨ ਸਟੇਜ ਤੋਂ ਆਖਿਆ ਸੀ ਵੀ ਤੁਹਾਡੇ ਚਿਹਰੇ ਦੇ ਉੱਤੇ ਜਾਂ ਤੁਹਾਡੇ ਮੱਥੇ ਤੇ ਕਿਸੇ ਨੇ ਤੈਰੂਣੀ ਬਣਾ ਕੇ ਦੇਣਾਗਾ ਵੀ ਤੁਸੀਂ ਗੁਲਾਮ ਹੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਸੋ ਪਰਤਾਖਾ ਜਿਨੇ ਮੰਨਣਾ ਮੰਨ ਲੈਣਾ ਤੇ ਜਿਨੇ ਨਹੀਂ ਮੰਨਣਾ ਉਹ ਨਾ ਮੰਨਣ ਅੱਗੇ ਏਜੰਡਾ ਕੀ ਰਹਿਣ ਵਾਲਾ ਹੈ ਵਾਰਸ ਪੰਜਾਬ ਦੀ ਜਾਸੇ ਬੰਦੀ ਦੀ ਗੱਲ ਕਰ ਲਈਏ ਤਾਂ ਬਈ ਬਈ ਏਜੰਡਾ ਲੋਕਾਂ ਅੱਜ ਹੈਗੇ ਆਪਣੇ ਨਸ਼ਿਆਂ ਦੇ ਵਿੱਚ ਪੈ ਚੱਕਿਆ ਨੌਜਵਾਨ ਠੀਕ ਆ ਬੇੜਾ ਜਮਾਂ ਘਰ ਕੋ ਗਿਆ ਕੁਛ ਬਾਹਰ ਭੱਜ ਗਿਆ ਕੁਛ ਇਥੇ ਨਾਲੀਆਂ ਨੂਲੀਆਂ ਚ ਡੋਬ ਡੋਬ ਕੇ ਮਰੀ ਜਾਂਦੇ ਆ ਟੀਕੇ ਲਾਲਾ ਕੇ ਮਰੀ ਜਾਂਦੇ ਆ ਉਹਨਾਂ ਨੂੰ ਨਸ਼ਾਈ ਦਲਦਲ ਚੋਂ ਕੱਢਣਾ ਬਾਹਰਲੇ ਨੂੰ ਇਧਰ ਆਉਣ ਵਾਸਤੇ ਪ੍ਰੇਰਨਾ ਠੀਕ ਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਅਮਰਤ ਪਾਣ ਵਾਧ ਤੋਂ ਵੱਧ ਕਰਾਉਣਾ ਯਾਨੀ ਖਾਲਸੇ ਦੇ ਘਰ ਵੱਲ ਆਨੰਦਪੁਰ ਸਾਹਿਬ ਜਿਹੜਾ ਸਾਡਾ ਘਰ ਬਣਾ ਕੇ ਗਿਆ ਸੀ ਦਸ਼ਮੇਸ਼ ਪੀਦਾ ਗੁਰੂ ਨਾਲ ਜੋੜਨਾ ਇੱਕ ਪਾਸੇ ਜਿਥੇ ਗੁਰਸਾਹਿਬ ਗੁਰੂ ਨਾਲ ਜੋੜਨਾ ਹੈ ਦੂਜੇ ਪਾਸੇ ਸਰਕਾਰ ਨੂੰ ਫਿਰ ਕਿਉਂ ਰੜਕ ਰਿਹਾ ਹੈ ਸਰਕਾਰ ਤਾਂ ਕਹਿ ਰਹੀ ਹੈ ਦੇਸ਼ ਲਈ ਖਤਰਾ ਸਭ ਤੋਂ ਰ ਬਈ ਸਰਕਾਰਾਂ ਨੇ ਪਿਛਲੇ 70 ਸਾਲਾਂ ਦੇ ਵਿੱਚ ਸਾਰੀ ਬਾਹ ਲਾ ਕੇ ਇਥੇ ਭਈਆ ਵਾਧਵਾੜਿਆ ਹੂੰ ਥਾਂ ਥਾਂ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹਨਾਂ ਨੇ ਬੀੜੀਆਂ ਚਰਦਿਆਂ ਦੇ ਖੂਖੇ ਰਵਾਤੇ ਇਹ ਆਪਦੀ ਮੰਜਲ ਦੇ ਬਿਲਕੁਲ ਨੇੜੇ ਗਏ ਸੀ ਜਦੋਂ ਇਹਨਾਂ ਨੂੰ ਆਪਦਾ ਉਹ ਰੇਤੇ ਦਾ ਬਣਿਆ ਹੋਇਆ ਕਿਲਾ ਹੁਣ ਢਹਿ ਢੇਰੀ ਹੁੰਦਾ ਲੱਗਦਾ ਦਿਸ ਰਿਹਾ ਵਾ ਤੇ ਇਹਨਾਂ ਨੇ ਚੀਕਣਾ ਹੀ ਲਾਜ਼ਮੀ ਬਣਦਾ ਨਾ ਚੀਕਣਾ ਹੀ ਬਣਦਾ ਇਹਨਾਂ ਦਾ ਕੋਈ ਕਿਸੇ ਕਿਸਮ ਦੀ ਥ੍ਰੈਟ ਤਾਂ ਨਹੀਂ ਆ ਰਹੀ ਬੀ ਸਰਕਾਰ ਬੰਨਿਓ ਕੋਈ ਆਪਣੇ ਬੰਦੇ ਤੇ ਪਰਚੇ ਤਾਂ ਨਹੀਂ ਕੀਤੇ ਜਾ ਰਹੇਗੇ ਡਰਾਵੇ ਧਮਕਾਏ ਤਾਂ ਨਹੀਂ ਜਾ ਰਹੇ ਹੁਣ ਕਿਤੇ ਬਈ ਥ੍ਰੈਟਾਂ ਥੁਟ ਤਾਂ ਇਥ ਗੋਪਤੀ ਹੋਣੇ ਆ ਕੰਮ ਜਿਹੜੇ ਹੋਣੇ ਜਿੱਦੇ ਚੱਕਣੇ ਹੋਏ ਇਹਨਾਂ ਨੇ ਹੂੰ ਚੜਜ ਪੈਣਾ ਸਾਰਿਆਂ ਦੇ ਘਰਾਂ ਨੂੰ ਹਨਾ ਤੇ ਬਾਕੀ ਜਿਹੜੇ ਹਸਾਬ ਦੇ ਨਾਲ ਇਹ ਰੋਡੀ ਸੰਤ ਜਰਨੈਲ ਸਿੰਘ ਖਾਲਸਾ ਦੇ ਪਿੰਡ ਇਕੱਠ ਹੋਇਆ ਤੇ ਦਸਤਾਰ ਬੰਦੀ ਦੇ ਉੱਤੇ ਜਿਹੜੇ ਹਸਾਬ ਨਾਲ ਕੌਮ ਨੇ ਸਵਕਾਰ ਕੀਤਾ ਅਮਰਪਾਲ ਸਿੰਘ ਖਾਲਸੇ ਨੂੰ ਕਿ ਉਹ ਸਾਹਿਬ ਦੇ ਨਾਲ ਇਹ ਕੋਈ ਬਾਲੇ ਦਿਨ ਦੂਰ ਨਹੀਂ ਗਏ ਬਈ ਇਹਨਾਂ ਨੇ ਕਿਹੜੇ ਦਿਨ ਕਿਹਦੇ ਘਰੇ ਚੜ ਕੇ ਆ ਜਾਣਾ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈ ਹੈ ਨਾ ਵੀ ਉਹ ਸੱਚ ਬੋਲਦੇ ਸੀਗੇ ਦੀਪ ਸਿੱਧੂ ਵੀ ਸੱਚ ਬੋਲਦਾ ਸੀਗਾ ਕਿਵੇਂ ਨਾ ਕਿਵੇਂ ਉਹ ਘਟਨਾਵਾਂ ਬਣੀਆਂ ਇਹ ਐ ਨਹੀਂ ਲੱਗਦਾ ਭਵਿੱਖ ਦੇ ਵਿੱਚ ਜਿਵੇਂ ਅਮਰਤਪਾਲ ਦੀ ਗੱਲ ਕਰ ਲਈ ਉਹ ਵੀ ਸੱਚ ਬੋਲ ਰਹੇ ਨੇ ਏਜੰਸੀਆਂ ਕਿੰਨਾ ਕਿਤੇ ਉਹਨਾਂ ਵਾਸਤੇ ਵੀ ਖਤਰਾ ਸਭ ਤੋਂ ਹੋ ਸਕਦੀ ਹੈ ਇਹਦੇ ਜੇ ਉਲਟਾ ਦੇਖ ਲਈ ਤਾਂ ਜਿਵੇਂ ਉਹ ਦੇਸ਼ ਲਈ ਖਤਰਾ ਕਹਿੰਦੇ ਆ ਉਹ ਦੂਜਾ ਪਾਸਾ ਨਹੀਂ ਦੇਖ ਸਕਦੇ ਬਾਈ ਇਹ ਇਹਦੇ 'ਚ ਕੋਈ ਸ਼ੱਕ ਨਹੀਂ ਦਾ ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਦੇ ਜਿਹੜੇ ਪੰਜਾਬ ਦਾ ਫਾਇਦਾ ਸੋਚਣਗੇ ਕੌਮਦਾਰੀ ਦਾ ਫਾਇਦਾ ਸੋਚਣਗੇ ਕੌਮ ਦੇ ਹੱਕ 'ਚ ਖੜਨਗੇ ਖਾਲਸਾ ਰਾਏ ਦੀ ਗੱਲ ਕਰਨਗੇ ਉਹਨਾਂ ਨੂੰ ਮਰਾਉਣਾ ਜਾਂ ਖਪਾਉਣਾ ਜਾਂ ਉਹਨਾਂ ਦੇ ਉੱਤੇ ਇਹੋ ਜਿਹੇ ਹਮਲੇ ਕਰਮਾਉਣੇ ਏਜੰਸੀਆਂ ਵਾਸਤੇ ਸਰਕਾਰਾਂ ਵਾਸਤੇ ਵੀ ਵੱਡੀਆਂ ਗੱਲਾਂ ਨਹੀਂ ਆ। ਸੋ ਟਾਈਮ ਦਿੱਤਾ ਬਈ ਤੁਸੀਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਜੁੜੇ ਰਹੋ ਸੱਚਾਈ ਦੇ ਨਾਲ ਇਸੇ ਤਰੀਕੇ ਨਾਲ ਮਿਲਾਂਗੇ ਜਲਦ ਹੋਰ ਸ਼ਕਸ਼ੀਤ ਨਾਲ।